ਜਿਹੜਾ ਯੂਨੀਅਨ ਬਜਟ ਕੱਲ ਆ ਰਿਹਾ ਉਸ ਨੂੰ ਬੜੀ ਆਸ ਦੀ ਨਿਗਾਹ ਨਾਲ ਦੇਖ ਰਹੇ ਹਾਂ, ਕਿਉਂਕਿ ਉਹ ਸਿਆਣੇ ਕਹਿੰਦੇ ਆ ਕਿ ਪਰਮਾਤਮਾ ਤੋਂ ਬਾਅਦ ਜੇ ਕੋਈ ਤਾਕਤਵਰ ਤਨਜ਼ੀਮ ਹੁੰਦੀ ਹੈ ਤਾਂ ਸਰਕਾਰ ਹੁੰਦੀ ਹੈ, ਔਰ ਜੇ ਸਰਕਾਰ ਚਾਹੇ ਤਾਂ ਬਹੁਤ ਕੁਛ ਕਰ ਸਕਦੀ ਹੈ। ਔਰ ਇਹ ਜਿਹੜਾ ਬਜਟ ਹੈ ਯੂਨੀਅਨ ਬਜਟ, ਇਹ ਆਮ ਬਜਟ ਨਹੀਂ ਹੈ, ਕਿਉਂਕਿ ਇਹ NDA 2 ਜਿਹੜਾ ਮੋਦੀ ਸਾਹਿਬ ਦੀ ਦੂਸਰੀ ਕਿਸ਼ਤ ਚੱਲ ਰਹੀ ਹੈ ਸਰਕਾਰ ਦੀ। ਦਰਅਸਲ ਇਹਨੇ ਜਿਹੜੇ ਅਗਲੇ 4 ਬਜਟ ਆਉਣੇ ਹੈ ਉਹਦੀ ਸਿਮਤ ਤੈਅ ਕਰਨੀ ਹੈ ਕਿ ਹਿੰਦੁਸਤਾਨ ਜਿਹੜਾ ਹੈ ਉਹ ਕਿਸ ਡਾਇਰੈਕਸ਼ਨ ਵੱਲ ਜਾਣਾ ਹੈ। ਸੋ ਇਸ ਆਸ ਨਾਲ ਦੇਖ ਰਹੇ ਹਾਂ ਕਿ ਇੱਕ ਤਾਂ ਮੋਦੀ ਜੀ ਨੇ ਇਹ ਗੱਲ ਕਹੀ ਕਿ ਅਸੀਂ ਜਿਹੜਾ ਕਿਸਾਨ ਹੈ ਔਰ ਕਿਸਾਨ ਦੀ ਜਿਹੜੀ ਇਨਕਮ ਹੈ, ਅਸੀਂ ਕਿਸਾਨ ਦੀ ਇਨਕਮ ਨੂੰ ਦੁੱਗਣੀ ਕਰਨਾ ਚਾਹੁੰਦੇ ਹਾਂ। ਸੋ ਜੇ ਦੁੱਗਣੀ ਕਰਨੀ ਚਾਹੁੰਦੇ ਹਾਂ ਤਾਂ ਮੈਂ ਇਸ ਬੜੀ ਆਸ ਨਾਲ ਦੇਖ ਰਿਹਾ ਸੀ ਕਿ ਇਸ ਬਜਟ 'ਚ ਦੁੱਗਣਾ ਕੀ ਹੋਏਗਾ। ਔਰ ਜਿੱਥੋਂ ਤੱਕ ਪੰਜਾਬ ਦਾ ਔਰ ਪੰਜਾਬ ਦੀ ਐਗਰੀਕਲਚਰ ਦਾ ਸਵਾਲ ਹੈ, ਔਰ ਜੇ ਤੁਹਾਡੇ ਜਿਹੜੇ ਦੇਖਣ ਵਾਲੇ ਹੈ ਉਹ ਜੇ ਉਹਨਾਂ ਨੂੰ ਮੈਂ ਥੋੜ੍ਹਾ ਜਿਹਾ 40-50 ਸਾਲ ਪਿੱਛੇ ਲੈ ਕੇ ਜਾਵਾਂ ਕਿ ਪੰਜਾਬ ਐਗਰੀਕਲਚਰ ਦਾ ਲੀਡਰ ਕਿਉਂ ਬਣਿਆ, ਕਿਉਂਕਿ ਉਸ ਵੇਲੇ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੀ ਉਹਦੇ ਵਿੱਚ ਜਿਹੜਾ ਰਿਸਰਚ ਦਾ ਪ੍ਰੋਗਰਾਮ ਸੀ ਉਹਦੇ 'ਚ ਬੜੇ ਟੈਕਨੋਲੋਜੀਕਲ ਬ੍ਰੇਕ ਥਰੂਜ ਆ ਗਏ ਜਿਹਨੂੰ ਆਪਾਂ ਹਰੀ ਕ੍ਰਾਂਤੀ ਜਾਂ ਗ੍ਰੀਨ ਰੈਵੋਲਿਊਸ਼ਨ ਕਹਿੰਦੇ ਹਾਂ। ਉਸੇ ਤਰ੍ਹਾਂ ਹੀ ਜਿਹੜਾ ਪੰਜਾਬ ਦੀ ਐਗਰੀਕਲਚਰ ਦਾ ਜਿਹੜਾ ਐਕਸਟੈਂਸ਼ਨ ਸਰਵਿਸਿਜ਼ ਹੈ, ਜਿੱਥੇ ਕਿ ਜਿਹੜੇ ਐਗਰੀਕਲਚਰ ਡਿਵੈਲਪਮੈਂਟ ਅਫਸਰ ਹੈਗੇ ਉਹ ਪਿੰਡਾਂ 'ਚ ਜਾ ਕੇ ਖੇਤਾਂ 'ਚ ਜਾ ਕੇ ਕਿਸਾਨਾਂ ਨੂੰ ਉਸ ਕਿਸਮ ਦੀ ਮਾਲੂਮਾਤ ਦਿੰਦੇ ਹੈ। ਸਭ ਪੰਜਾਬ ਦੇ ਵਿੱਚ ਕਿਉਂਕਿ ਵਿੱਤੀ ਸੰਕਟ ਹੈ, ਰਿਸਰਚ ਵਾਸਤੇ ਜਿਹੜੇ ਪੈਸੇ ਹੈ, ਐਕਸਟੈਂਸ਼ਨ ਵਾਸਤੇ ਪੈਸੇ ਹੈ, ਉਸ ਜਿੰਨੀ ਰਕਮ ਹੋਣੀ ਚਾਹੀਦੀ ਹੈ ਉਨੀ ਨਹੀਂ ਮਿਲ ਰਹੀ। ਅਸੀਂ ਗਵਰਨਮੈਂਟ ਆਫ ਇੰਡੀਆ ਨੂੰ, ਕਿਉਂਕਿ ਇਹਨਾਂ ਨੇ ਮੁਸ਼ਾਵਰਤ ਕੀਤੀ ਸੀ ਸਾਰੇ ਸਟੇਟ ਦੇ ਫਾਈਨੈਂਸ ਮਿਨਿਸਟਰਸ ਨੂੰ ਬੁਲਾ ਕੇ ਕਿ ਤੁਸੀਂ ਦੱਸੋ ਵੀ ਤੁਸੀਂ ਤੁਹਾਡੇ ਵਾਸਤੇ ਬਜਟ 'ਚ ਕੀ ਰੱਖੀਏ, ਤਾਂ ਪੰਜਾਬ ਨੇ ਤਾਂ ਇਹੀ ਮੁਤਾਲਬਾ ਦਿੱਤਾ ਹੈ ਕਿ ਤੁਸੀਂ ਜਿਹੜੀ ਪੰਜਾਬ 'ਚ ਐਗਰੀਕਲਚਰ ਰਿਸਰਚ ਹੈ ਅਤੇ ਐਗਰੀਕਲਚਰ ਐਕਸਟੈਂਸ਼ਨ ਹੈ ਇਹਦੀ ਫੰਡਿੰਗ ਗਵਰਨਮੈਂਟ ਆਫ ਇੰਡੀਆ ਕਰਦੇ। ਔਰ ਜੇ ਪੰਜਾਬ ਜਿਹੜਾ ਕਿ ਲੀਡਰ ਹੈ ਐਗਰੀਕਲਚਰ ਦਾ, ਜੇ ਇਹਦੇ ਕੋਲ ਪੈਸੇ ਹੈ ਨਹੀਂ ਰਿਸਰਚ ਵਾਸਤੇ ਐਕਸਟੈਂਸ਼ਨ ਵਾਸਤੇ, ਤਾਂ ਦੂਜੇ ਸੂਬਿਆਂ 'ਚ ਕੀ ਹਾਲ ਹੁੰਦਾ ਹੋਣਾ। ਸੋ ਸਭ ਤੋਂ ਵੱਡੀ ਤਾਂ ਆਸ ਇਹ ਹੈ ਕਿ ਰਿਸਰਚ ਅਤੇ ਐਕਸਟੈਂਸ਼ਨ ਵਾਸਤੇ ਐਗਰੀਕਲਚਰ 'ਚ ਪੈਸੇ ਦੇਣਗੇ ਤਾਂ ਕਿ ਪੰਜਾਬ ਜਾਂ ਹਿੰਦੁਸਤਾਨ ਦੇ ਕਿਸਾਨ ਦੀ ਖੇਤੀ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਹੋਵੇ। ਦੂਸਰਾ ਜਿਹਨੂੰ ਆਪਾਂ MSME ਸੈਕਟਰ ਕਹਿੰਦੇ ਹਾਂ, ਮੀਡੀਅਮ ਸਮਾਲ ਮਾਈਕਰੋ ਜਿਹੜਾ ਸੈਕਟਰ ਹੈ ਇੰਡਸਟਰੀ ਦਾ, ਜੇ ਕਿਉਂਕਿ ਅੱਜ ਪਤਾ ਨਹੀਂ ਤੁਹਾਡੇ ਸੁਣਨ ਵਾਲਿਆਂ ਨੂੰ ਇਸ ਗੱਲ ਦਾ, ਕਿਉਂਕਿ ਅੱਜ ਕੱਲ੍ਹ ਚੀਨ ਅਤੇ ਅਮਰੀਕਾ ਦੇ ਕਸ਼ੀਦਗੀ ਚੱਲ ਰਹੀ ਹੈ, ਟ੍ਰੇਡ ਟੈਨਸ਼ਨ ਚੱਲ ਰਹੀਆਂ, ਅਮਰੀਕਾ ਅਤੇ ਭਾਰਤ ਦੀਆਂ ਚੱਲ ਰਹੀਆਂ। ਜੇ ਹਿੰਦੁਸਤਾਨ ਨੇ ਆਪਣੇ ਪੈਰਾਂ 'ਤੇ ਖੜੇ ਹੋਣਾ ਤਾਂ ਲਾਜ਼ਮੀ ਹੈ ਕਿ ਇਹ ਜਿਹੜੇ ਦੋ ਸੈਕਟਰ ਹੈ, ਜਿਹੜਾ ਛੋਟੀ ਸਨਅਤ ਅਤੇ ਕਿਸਾਨ, ਕਿਉਂਕਿ ਜਿਹੜੀ ਮੈਕਸੀਮਮ ਇੰਪਲੋਇਮੈਂਟ ਜਿਹੜੀ ਹੈ ਬੇਰੁਜ਼ਗਾਰੀ ਜਾਂ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਦੇਣੇ ਆ, ਤਾਂ ਇਹ ਜਾਂ ਤਾਂ ਛੋਟੀ ਸਨਅਤ ਤੋਂ ਆਉਣਗੇ ਜਾਂ ਖੇਤੀ ਤੋਂ ਆਉਣਗੇ। ਸੋ ਮੈਂ ਬੜੀ ਆਸ ਦੀ ਨਿਗਾਹ ਨਾਲ ਦੇਖ ਰਿਹਾ ਇਸ ਬਜਟ ਨੂੰ ਕਿ ਕੱਲ੍ਹ ਇਹਨਾਂ ਦੋ ਇਦਾਰਿਆਂ ਵਾਸਤੇ ਫਾਈਨੈਂਸ ਮਿਨਿਸਟਰ ਸਾਹਿਬਾਂ ਉਹ ਕਿਸ ਕਿਸਮ ਦਾ ਬਜਟ ਲਿਆਉਣਗੇ। ਕੁਛ ਮਸਲੇ ਜਿਹੜੇ ਹੈ ਪੰਜਾਬ ਦੇ, ਇਹਨਾਂ ਦੀ ਨਿਸ਼ਾਨਦੇਹੀ ਵੈਸੇ ਉੱਥੇ CM ਸਾਹਿਬ ਨੇ ਵੀ ਜਾ ਕੇ ਕੀਤੀ ਹੈ ਕਿ ਪੰਜਾਬ ਦਾ ਜਿਹੜਾ ਜ਼ਮੀਨੀ ਪਾਣੀ ਹੈ ਉਹਦੀ ਸਤਾ ਜਿਹੜੀ ਹੈ ਹਰ ਸਾਲ ਘਟਦੀ ਜਾ ਰਹੀ ਹੈ। ਇਹਦੇ ਵਿੱਚ ਵੀ ਸਾਨੂੰ ਜੇ ਕੋਈ ਇਰੀਗੇਸ਼ਨ ਦੇ ਨਵੇਂ ਮੈਥਡ ਜਿਵੇਂ ਕਿ ਡ੍ਰਿਪ ਹੈ, ਸਪ੍ਰਿੰਕਲਰ ਹੈ, ਰੇਨ ਗਨ ਆ ਗਈ ਹੈ, ਜਾਂ ਸਾਨੂੰ ਇਹਦਾ ਕੋਈ ਝੋਨੇ ਦਾ ਕੋਈ ਮੁਤਬਾਦਲ ਮਿਲ ਜੇ, ਉਹਦੇ ਬਾਰੇ ਇਸ ਬਜਟ 'ਚ ਕੀ ਰੱਖਿਆ ਗਿਆ ਹੈ, ਇਹਦਾ ਬਜਟ ਕਿੰਨਾ ਹੋਏਗਾ। ਝੋਨੇ ਦੀ ਪਰਾਲੀ ਨੂੰ ਪੰਜਾਬ 'ਚ ਅੱਗ ਲੱਗਦੀ ਹੈ ਜਿਹਦੇ ਨਾਲ ਕਿ ਆਬੋ ਹਵਾ ਜਿਹੜਾ ਹੈ ਉਹ ਬੜਾ ਦੂਸ਼ਿਤ ਹੋ ਜਾਂਦਾ ਹੈ,
ਪਿਛਲੇ ਸਾਲ ਤਕਰੀਬਨ 250-300 ਕਰੋੜ ਜਿਹੜਾ ਉਹ ਪਿਛਲੇ ਬਜਟ 'ਚ ਆਇਆ ਸੀ, ਔਰ ਉਸ ਵੇਲੇ ਫਾਈਨੈਂਸ ਮਿਨਿਸਟਰ ਨੇ ਕਿਹਾ ਸੀ ਕਿ ਅਗਲੇ ਸਾਲ ਵੀ ਇਸੇ ਤਰ੍ਹਾਂ ਹੀ ਇਹਦਾ ਜਿਹੜਾ ਮੋਮੈਂਟਮ ਇਹਨੂੰ ਟੁੱਟਣ ਨਹੀਂ ਦੇਵਾਂਗੇ। ਸੋ ਇਸ ਕਿਸਮ ਦੇ ਮਸਲੇ ਜਿਹੜੇ ਹੈ ਉਹਦੀ ਆਸ ਨਾਲ ਅਸੀਂ ਬੈਠੇ ਹਾਂ। ਬਾਕੀ ਇੱਕ ਪੋਸਟ ਬਜਟ ਇਸ਼ੂ ਵੀ ਹੈ ਜਿਹੜਾ ਕਿ ਬਜਟ ਨਾਲ ਤਾਂ ਖੈਰ ਤਲਕ ਨਹੀਂ ਰੱਖਦਾ, ਪਰ ਜਿਹੜਾ 31,000 ਕਰੋੜ ਦਾ ਜਿਹੜਾ ਸਾਡੇ ਤੇ ਯਕਮੁਸ਼ਤ ਜਿਹੜਾ ਉਹ ਕਰਜ਼ਾ ਸਾਡੇ ਤੇ ਚੜ ਗਿਆ ਜਾਂ ਚੜਾ ਦਿੱਤਾ ਗਿਆ, ਉਹਦਾ ਕੋਈ ਨਾ ਕੋਈ ਹੱਲ ਜਿਹੜਾ ਉਹ ਹੋਣਾ ਬਹੁਤ ਲਾਜ਼ਮੀ ਹੈ ਜੇ ਪੰਜਾਬ ਨੂੰ ਤੁਸੀਂ ਪੈਰਾਂ ਤੇ ਖੜਾ ਕਰਨਾ। ਔਰ ਮੈਂ ਫਿਰ ਕਹਿਣਾ ਔਰ ਤੁਹਾਡੀ ਕੈਮਰੇ ਦੀਆਂ ਅੱਖਾਂ ਨਾਲ ਕਹਿਣਾ ਕਿ ਪੰਜਾਬ ਨੂੰ ਖੁਸ਼ਹਾਲ ਹੋਣਾ, ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣਾ, ਇਹ ਇਕੱਲਾ ਖੁਸ਼ਹਾਲੀ ਜਾਂ ਤਰੱਕੀ ਦਾ ਮਸਲਾ ਨਹੀਂ ਹੈ, ਇਹ ਇਕੱਲਾ ਇਕਨੋਮਿਕ ਇਸ਼ੂ ਨਹੀਂ ਹੈ, ਬਲਕਿ ਇਹ ਹਿੰਦੁਸਤਾਨ ਦੀ ਨੈਸ਼ਨਲ ਸਿਕਿਉਰਿਟੀ ਦਾ ਵੀ ਇਸ਼ੂ ਹੈ। ਔਰ ਇੱਕ ਅੰਗਰੇਜ਼ੀ ਚ ਮੁਹਾਵਰਾ ਹੈ ਕਿ ਅ ਸਟਿਚ ਇਨ ਟਾਈਮ ਸੇਵਸ ਨਾਈਨ, ਤੇ ਇੱਕ ਵਾਰੀ ਕੋਈ ਚੀਜ਼ ਪਟਦੀ ਹੋਵੇ ਤਾਂ ਇੱਕ ਤੋਪਾ ਲੱਗ ਜਾਏ ਉਹ 9 ਤੋਪੇ ਬਚਾ ਲੈਂਦਾ। ਪੰਜਾਬ ਨੂੰ ਹਮੇਸ਼ਾ ਜਿਹੜੇ ਹਿੰਦੁਸਤਾਨ ਦੇ ਦੁਸ਼ਮਣ ਹੈ ਉਹਨੂੰ ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਹਮੇਸ਼ਾ ਕੀਤੀ ਗਈ ਹੈ, ਔਰ ਜੇ ਪੰਜਾਬ ਮਜ਼ਬੂਤ ਹੋਏਗਾ ਤਾਂ ਹਿੰਦੁਸਤਾਨ ਮਜ਼ਬੂਤ ਹੋਏਗਾ। ਸੋ ਬਹਰਹਾਲ ਇਸ ਕਿਸਮ ਦੇ ਮਸਲੇ ਹੈ ਔਰ ਕੱਲ੍ਹ ਦੇਖਦੇ ਹਾਂ ਬਜਟ ਦੇ ਵਿੱਚ ਕੀ ਆਉਂਦਾ।